ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਦਿਲਾਂ ਦੇ ਵਿੱਚ ਤਾਂ ਕੀ ਪਿੰਡਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਖੜ੍ਹਾ ਕਰ ਦਿੰਦੀਆਂ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਇੱਕ ਅੰਮ੍ਰਿਤਸਰ ਦੇ ਪਿੰਡ ਦੇ ਵਿੱਚੋਂ, ਜਦੋਂ ਕਿ ਤੜਕ ਸਾਰੀ ਅੰਮ੍ਰਿਤ ਵੇਲੇ ਗਲੀ ਦੇ ਵਿੱਚ ਕੁੱਤਾ ਇੱਕ ਬੰਦੇ ਦਾ ਕੱਟਿਆ ਹੋਇਆ ਸਿਰ ਆਪਣੇ ਮੂੰਹ ਵਿੱਚ ਚੁੱਕੀ ਫਿਰਦਾ ਸੀ। ਅਜਿਹਾ ਮਾਹੌਲ ਦੇਖ ਕੇ ਪਿੰਡ ਦੀਆਂ ਜਨਾਨੀਆਂ ਦੀਆਂ ਚੀਕਾਂ ਨਿਕਲ ਗਈਆਂ ਅਤੇ ਪਿੰਡ ਨੂੰ ਵੀ ਭਾਜੜਾਂ ਪੈ ਗਈਆਂ। ਅਜਿਹਾ ਕੀ ਹੋਇਆ ਇੱਕ ਸਿੱਖ ਦੇ ਨਾਲ ਜੋ ਕਿ ਉਸਦਾ ਸਿਰ ਧੜ ਨਾਲੋਂ ਵੀ ਅਲੱਗ ਹੋ ਗਿਆ ਸੀ। ਗੁਰਦੁਆਰਾ ਸਾਹਿਬ ਦੇ ਅੱਗਿਓਂ ਇਹ ਵੀਡੀਓ ਦੇਖੀ ਨਜ਼ਰ ਆ ਰਹੀ ਹੈ, ਜਦੋਂ ਤੜਕੇ ਅੰਮ੍ਰਿਤ ਵੇਲੇ ਗਲੀ ਦੇ ਵਿੱਚ ਇੱਕ ਕੁੱਤਾ ਜੋ ਕਿ ਸਿਰ ਉਸਦੇ ਸਿਰ ਵਿੱਚ ਆਪਣੇ ਮੂੰਹ ਵਿੱਚ ਚੁੱਕੀ ਫਿਰਦਾ ਸੀ, ਇੱਕ ਸਿੱਖ ਦਾ ਸਿਰ ਸੀ। ਅਜਿਹਾ ਦੇਖ ਕੇ ਪਿੰਡ ਦੀਆਂ ਗਲੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਅਤੇ ਪਿੰਡ ਨੂੰ ਵੀ ਭਾਜੜਾਂ ਪੈ ਗਈਆਂ। ਸਿੱਖ ਦੇ ਨਾਲ ਅਜਿਹਾ ਕੀ ਹੋਇਆ ਹੋਵੇਗਾ ਜਿਸਦਾ ਕਿ ਸਿਰ ਧੜ ਨਾਲੋਂ ਵੀ ਵੱਖ ਹੋ ਗਿਆ ਸੀ। ਗੁਰੂ ਘਰ ਦੇ ਵਿੱਚ ਜਗਮੇਲ ਸਿੰਘ ਰਿਟਾਇਰ ਸੂਬੇਦਾਰ ਪਾਰਟੀ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਸੀ। ਜਗਮੇਲ ਸਿੰਘ ਦੇ ਨਾਲ ਦੇ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਡਿਊਟੀ ਲਈ ਆਉਂਦਾ ਅਤੇ ਪਿੰਡ ਦੇ ਹੀ ਮਸਲੇ ਨੇ ਉਸਨੂੰ ਪਹਿਲਾਂ ਗ੍ਰੰਥੀ ਵਜੋਂ ਨੌਕਰੀ ਦਿੱਤੀ ਅਤੇ ਫਿਰ ਸੂਬੇਦਾਰ ਰਿਟਾਇਰ ਹੋ ਗਿਆ। ਪਿੰਡ ਵਿੱਚ ਵਾਪਸ ਆ ਗਿਆ ਅਤੇ ਦੋਨੇ ਲੜਕਿਆਂ ਦਾ ਵਿਆਹ ਕਰਕੇ ਉਹ ਵਿਹਲਾ ਹੋ ਗਿਆ ਸੀ ਅਤੇ ਚੰਗੀ ਖਾਸੀ ਪੈਨਸ਼ਨ ਵੀ ਆਉਂਦੀ ਸੀ। ਪਿੰਡ ਵਿੱਚ ਵੀ ਕਈਆਂ ਨੂੰ ਪੈਸੇ ਉਧਾਰ ਦੇ ਕੇ ਉਹ ਵਿਆਜ ਲੈਂਦਾ ਸੀ, ਪਰ ਕਈ ਉਹ ਪਾਠੀ ਸਿੰਘਾਂ ਦੇ ਨਾਲ ਰਲ ਕੇ ਹੁਣ ਰੌਲਾ ਵੀ ਲਗਾਉਣ ਜਾਂਦਾ ਸੀ। ਹੌਲੀ ਹੌਲੀ ਉਸਨੂੰ ਅਤੇ ਪਿੰਡ ਵਿੱਚ ਕਈਆਂ ਨੂੰ ਪੈਸੇ ਉਧਾਰ ਦਿੱਤੇ। ਇਸ ਤਰ੍ਹਾਂ ਹੋਇਆ ਕਿ ਹੁਣ ਪਾਠੀ ਸਿੰਘਾਂ ਦੇ ਨਾਲ ਹੁਣ ਉਹ ਰੌਲਾ ਲਗਾਉਣ ਜਾਂਦਾ ਸੀ। ਉਸਨੂੰ ਨਾਲ ਦੇ ਅਤੇ ਕਈ ਪਿੰਡਾਂ ਦੇ ਵਿੱਚ ਗੁਰੂ ਘਰ ਦੀ ਸੇਵਾ ਮਿਲ ਗਈ ਅਤੇ ਹੁਣ ਉਹ 7000 ਮਹੀਨੇ ਦਾ ਕਮਾਈ ਕਰਦਾ ਸੀ ਅਤੇ ਬੀਤਿਆ ਸਮਾਂ ਆਪਣੀ ਸ਼ਰਧਾ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਲਗਾ ਦਿੰਦਾ ਸੀ। ਉਹ ਗੁਰੂ ਘਰ ਦੇ ਵਿੱਚ ਕੁਝ ਭੇਟਾਂ ਵੀ ਦਿੰਦਾ ਅਤੇ ਲੰਗਰ ਪਾਣੀ ਦੇ ਵਿੱਚ ਵੀ ਆਪਣਾ ਹੱਥ ਜ਼ਰੂਰ ਵਟਾਉਂਦਾ ਸੀ। ਪਰ ਕਈ ਵਾਰ ਕੁਝ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਹਨ ਜਿਸ ਨਾਲ ਕਿ ਬੰਦੇ ਦਾ ਖੁਦ ਦਾ ਹੀ ਦਿਮਾਗ ਫਿਰ ਜਾਂਦਾ। ਕੁਝ ਸਮੇਂ ਬਾਅਦ ਜਗਮੇਲ ਸਿੰਘ ਨੇ ਉਦੋਂ ਆਪਣਾ ਹੱਕ ਸਮਝ ਕੇ ਧਰ ਲਿਆ ਜਦੋਂ ਕਿ ਆਟਾ, ਦਾਲਾਂ, ਪ੍ਰਸ਼ਾਦ, ਮਠਿਆਈਆਂ, ਅਜਿਹੀਆਂ ਕਈ ਹੋਰ ਵਸਤੂਆਂ ਜੋ ਆਪਣੇ ਘਰ ਲੈ ਜਾਂਦਾ ਸੀ। ਇੱਕ ਗੱਲ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗੀ ਕਿ ਜੇਕਰ ਕੋਈ ਸਿੱਖ ਕਿਸੇ ਦੇ ਘਰ ਅੰਦਰ ਛਕਣ ਜਾਂਦੇ ਹਨ ਤਾਂ ਉਹ ਬੇਨਤੀ ਨੂੰ ਭਾਈ ਸਾਹਿਬ ਦਾ ਪਾਠ ਜ਼ਰੂਰ ਕਰਦੇ ਨੇ, ਚਾਹੇ ਉਹ ਲੰਗਰ ਲੇਖੇ ਲੱਗਦਾ ਹੈ ਅਤੇ ਇਹੋ ਜਿਹੇ ਸਿੱਖ ਧਰਮ ਦੇ ਵਿੱਚ ਮਰਿਆਦਾ ਵੀ ਰੱਖਦੇ ਹਨ। ਜਿੱਥੇ ਤਾਂ ਜਗਮੇਲ ਸਿੰਘ ਗੁਰੂ ਘਰ ਦੀ ਸਮੱਗਰੀ ਆਪਣੇ ਘਰ ਲੈ ਕੇ ਜਾਂਦਾ ਰਿਹਾ, ਜੇ ਉਸ ਸਮੇਂ ਕਿਸੇ ਗਰੀਬ ਲੋੜਵੰਦ ਦੇ ਕੰਮ ਆਉਂਦਾ ਤਾਂ ਉਹ ਠੀਕ ਮੰਨਿਆ ਜਾਣਾ ਸੀ, ਪਰ ਆਪਣੇ ਘਰ ਦੇ ਵਿੱਚ ਹਰ ਚੀਜ਼ ਹੋਣ ਦੇ ਬਾਵਜੂਦ ਵੀ ਉਸਨੇ ਆਪਣੀ ਆਦਤ ਨਹੀਂ ਛੱਡੀ। ਹੌਲੀ ਹੌਲੀ ਕਰਕੇ ਗੁਰੂ ਘਰ ਦੇ ਵਿੱਚ ਪੈਸੇ ਵੀ ਆਪਣੇ ਘਰ ਲਿਜਾਣ ਲੱਗ ਗਿਆ, ਜਦਕਿ ਕਿਸੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਸੀ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਜਗਮੇਲ ਸਿੰਘ ਦਾ, ਉਸ ਸਮੇਂ ਜਦੋਂ ਕਿ ਸਿੱਖ ਸਮਝ ਕੇ ਉਸਨੂੰ ਕਈ ਲੋਕਾਂ ਦੇ ਵੱਲੋਂ ਲੰਗਰ ਉੱਪਰ ਆਪਣੇ ਘਰ ਬੁਲਾਇਆ ਜਾਂਦਾ ਸੀ, ਪਰ ਜਗਮੇਲ ਸਿੰਘ ਦੀ ਗਲਤ ਨਜ਼ਰ ਕਈ ਵਾਰ ਉਹਨਾਂ ਦੀ ਨੂੰਹ 'ਤੇ ਮਿਲ ਗਈ। ਇਹ ਘਟਨਾ ਹੈ ਹਰਮੇਲ ਸਿੰਘ ਦੇ ਘਰ ਦੀ, ਜੋ ਕਿ ਉੱਥੇ ਜਗਮੇਲ ਸਿੰਘ ਨੂੰ ਆਪਣੇ ਘਰ ਲੰਗਰ ਲਈ ਬੁਲਾਉਂਦੇ ਸਨ, ਪਰ ਉਸਦੀ ਨਜ਼ਰ ਗਲਤ ਸੀ ਜੋ ਕਿ ਉਸਦੀ ਨੂੰਹ 'ਤੇ ਪੈਣ ਲੱਗ ਗਈ। ਪਰ ਤੁਸੀਂ ਕਰਮ ਕਦੇ ਬੰਦੇ ਨਾਲੋਂ ਨਹੀਂ, ਪੂਜਾ ਸੀ। ਗੁਰੂ ਘਰ ਦੀ ਸੇਵਾ ਦਾ ਦੋ ਹੀ ਗੱਲਾਂ ਗੁਰੂ ਘਰ ਦੇ ਵਿੱਚ ਐਂਟਰ ਹੋਣਾ ਵੀ ਸਮਝੋਗੇ ਰੋਕ ਵੀ ਚੁੱਕੀ ਸੀ। ਉਸਨੇ ਹੌਲੀ ਹੌਲੀ ਕਰਕੇ ਉਹਨਾਂ ਦੀ ਨੂੰਹ ਦੇ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ ਅਤੇ ਉਹ ਵਿਚਾਰੀ ਲੜਕੇ ਡਰ ਦੇ ਮਾਰੇ ਉਸਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ। ਇਸੇ ਤਰ੍ਹਾਂ ਜਗਮੇਲ ਸਿੰਘ ਨੂੰ ਪਤਾ ਲੱਗਿਆ ਕਿ ਹਰਮੇਲ ਸਿੰਘ ਦੇ ਪੁੱਤਰ ਨੂੰ ਪੈਸਿਆਂ ਦੀ ਲੋੜ ਹੈ ਅਤੇ ਉਹ ਵਿਆਜ ਦੇ ਉੱਪਰ ਪੈਸੇ ਲੈਣ ਦੀ ਕੋਸ਼ਿਸ਼ ਕਰ ਰਿਹਾ।
ਤਾਂ ਜਗਮੇਲ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ 2 ਲੱਖ ਰੁਪਏ ਪੈਸੇ ਵਿਆਜ 'ਤੇ ਦੇਣ ਲੱਗਿਆ ਹਾਂ ਅਤੇ ਤੁਸੀਂ ਇਸ ਬਦਲੇ ਮੈਨੂੰ ਵਾਪਸ ਕਰ ਦੇਣਾ। ਪਰ ਕੁਝ ਸਮੇਂ ਬਾਅਦ ਜਗਮੇਲ ਸਿੰਘ ਨੂੰ ਜਦੋਂ ਇਹ ਪਤਾ ਲੱਗਿਆ ਕਿ ਕਰਨੈਲ ਸਿੰਘ ਦੇ ਲੜਕੇ ਦਾ ਐਕਸੀਡੈਂਟ ਹੋ ਗਿਆ ਅਤੇ ਉਸਦੀ ਮੌਤ ਹੋ ਗਈ ਹੈ, ਤਾਂ ਘਰ ਵਿੱਚ ਕੈਰ ਦਾ ਮਾਹੌਲ ਟੁੱਟ ਗਿਆ, ਕਿਉਂਕਿ ਉਹ ਇੱਕ ਹੀ ਸੀ ਜੋ ਕਿ ਘਰ ਵਿੱਚ ਕਮਾਈ ਕਰਦਾ ਸੀ ਅਤੇ ਜਿਸਦੇ ਉੱਪਰ 2 ਲੱਖ ਰੁਪਏ ਦਾ ਕਰਜ਼ਾ ਵੀ ਚੜਿਆ ਹੋਇਆ ਸੀ। ਪਰ ਇਸ ਮਾੜੇ ਵਕਤ ਨੇ ਜਗਮੇਲ ਸਿੰਘ ਨੂੰ ਆਪਣੇ ਮਾੜੇ ਕੰਮ ਕਰਨ ਵਾਸਤੇ ਖੁੱਲ ਦੇ ਦਿੱਤੀ। ਜਗਮੇਲ ਸਿੰਘ ਨੇ ਪਹਿਲਾਂ ਤਾਂ ਉਹਨਾਂ ਦੀ ਨੂੰਹ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਰਮੇਲ ਸਿੰਘ ਦੀ ਨੂੰਹ ਨੇ ਇਸ ਦਾ ਵਿਰੋਧ ਵੀ ਕੀਤਾ। ਜਦੋਂ ਗੱਲ ਨਾ ਬਣੇ, ਜਗਮੇਲ ਸਿੰਘ ਨੇ ਆਪਣੇ ਦਿੱਤੇ ਕਿ 2 ਲੱਖ ਰੁਪਏ ਦਾ ਵਿਆਜ ਦੇਣ ਦੇ ਲਈ ਉਸਨੂੰ ਪਰਿਵਾਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਉਹਨਾਂ ਦੇ ਪਰਿਵਾਰ ਦੇ ਪਿੰਡ ਦੇ ਸਾਹਮਣੇ ਬੇਇੱਜ਼ਤੀ ਕਰਦਾ ਸੀ। ਜਦੋਂ ਉਹਨਾਂ ਨੂੰ ਪੈਸੇ ਦੇਣ ਕਾਰਨ ਉਹ ਗ੍ਰੰਥੀ ਸਿੰਘ ਦੇ ਉੱਤੇ ਅਜਿਹੇ ਇਲਜ਼ਾਮ ਲਗਾ ਰਹੇ ਨੇ, ਤਾਂ ਹੌਲੀ ਹੌਲੀ ਜਗਮੇਲ ਸਿੰਘ ਨੇ ਉਹ ਪਰਿਵਾਰ ਨੂੰ ਪੁਲਿਸ ਦੇ ਕੇਸ ਦੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਹਰਮੇਲ ਸਿੰਘ ਦੀ ਜਰਨੈਲ ਸਿੰਘ ਨੂੰ ਅੱਗੇ ਝੁਕਣਾ ਹੀ ਪਿਆ। ਜਗਮੇਲ ਸਿੰਘ ਨੇ ਆਪਣੇ ਆਪ ਨੂੰ ਗੁਰੂ ਦਾ ਗ੍ਰੰਥੀ ਸਿੰਘ ਕਹਿਣ ਵਾਲਾ ਉਸ ਸਮੇਂ ਬਿਮਾਰੀ ਕੋਈ ਤਾਂ ਹੋਰ ਗਲਤ ਕੰਮ ਕਰਨ ਦੀ ਲੱਗੀ ਹੋਈ ਸੀ, ਜਿਸਦਾ ਕਿ ਮਤਲਬ ਉਹਦੇ ਪੈਸਿਆਂ ਤੱਕ ਸੀ। ਉਸਨੇ ਉਸਦੇ ਪਰਿਵਾਰ ਨੂੰ ਪੈਸਿਆਂ ਦੇ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਗੁਰੂ ਘਰ ਦਾ ਪੈਸਾ ਜਗਮੇਲ ਸਿੰਘ ਨੇ ਹਰਮੇਲ ਸਿੰਘ ਦੇ ਪਰਿਵਾਰ ਨੂੰ ਜੋ ਦਿੱਤਾ ਸੀ। ਗੁਰੂ ਘਰ ਦੇ ਵਿੱਚ ਹੁਣ ਪੈਸਿਆਂ ਦੀ ਲੋੜ ਆ ਚੁੱਕੀ ਸੀ ਅਤੇ ਮੈਂਬਰ ਉਸ ਪੈਸਿਆਂ ਬਾਰੇ ਵਾਰ ਵਾਰ ਪੁੱਛ ਰਹੇ ਸੀ, ਜਿਸ ਨਾਲ ਕਿ ਜਗਮੇਲ ਸਿੰਘ ਨੂੰ ਬਹੁਤ ਹੀ ਪਰੇਸ਼ਾਨੀ ਆ ਰਹੀ ਸੀ। ਉਸ ਤੋਂ ਬਾਅਦ ਹਰਮੇਲ ਸਿੰਘ ਦੀ ਨੂੰਹ ਕਿਸੇ ਗੁਰਦੁਆਰਾ ਸਾਹਿਬ ਚਲੀ ਜਾਂਦੀ ਹੈ ਅਤੇ ਉੱਥੇ ਜਾ ਕੇ ਉਹ ਸੇਵਾ ਤਾਂ ਕਰਦੀ ਹੀ ਕਰਦੀ ਹੈ, ਪਰ ਪਤਾ ਨਹੀਂ ਉਸਦੀ ਕੀ ਮੱਤੀ ਮਾਰੀ ਜਾਂਦੀ ਹੈ, ਉਹ ਆਪਣੀ ਜੀਵਨ ਲੀਲਾ ਹੀ ਖਤਮ ਕਰ ਦਿੰਦੀ ਹੈ, ਜਿਸ ਨਾਲ ਕਿ ਉਸਦੀ ਨੂੰਹ ਦੀ ਮੌਤ ਹੋ ਜਾਂਦੀ ਹੈ। ਉਸਦੀ ਨੂੰਹ ਦੀ ਮੌਤ ਦੀ ਖਬਰ ਸੁਣ ਕੇ ਪਿੰਡ ਦੇ ਵਿੱਚ ਫਿਰ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਹੈ ਅਤੇ ਲੋਕਾਂ ਦੇ ਵਿੱਚ ਮਾਯੂਸੀ ਛਾ ਜਾਂਦੀ ਹੈ। ਅਗਲੇ ਦਿਨ ਹੀ ਤੜਕੇ ਜਗਮੇਲ ਸਿੰਘ ਆਪਣੀ ਡਿਊਟੀ ਦੇ ਉੱਪਰ ਗੁਰਦੁਆਰਾ ਸਾਹਿਬ ਜਦੋਂ ਜਾਂਦਾ ਹੈ ਤਾਂ ਆਪਣੇ ਸਾਈਕਲ ਖੜ੍ਹਾ ਕਰਕੇ ਗੁਰਦੁਆਰਾ ਸਾਹਿਬ ਵੱਲ ਜਾਣ ਦੀ ਲੱਗਿਆ ਹੀ ਉਹ ਠੋਕਰ ਖਾ ਕੇ ਕਿਸੇ ਤਿੱਖੀ ਚੀਜ਼ ਉੱਤੇ ਡਿੱਗ ਜਾਂਦਾ, ਜਿਸ ਨਾਲ ਕਿ ਉਸਦੀ ਧੌਣ ਧੜ ਨਾਲੋਂ ਅਲੱਗ ਹੋ ਜਾਂਦੀ ਹੈ। ਜਦੋਂ ਲੋਕ ਆਪਣੇ ਘਰ ਦੇ ਹਨੇਰੇ ਵਿੱਚੋਂ ਸੈਰ ਕਰਨ ਦੇ ਲਈ ਨਿਕਲੇ ਤਾਂ ਸਦਾ ਰੂੜੀ ਉੱਤੇ ਲੋਕਾਂ ਦੀਆਂ ਚੀਕਾਂ ਨਿਕਲ ਗਈਆਂ। ਜਦੋਂ ਉਹਨਾਂ ਨੇ ਜਗਮੇਲ ਸਿੰਘ ਦੀ ਸੱਚਾਈ ਦੁਨੀਆਂ ਦੇ ਸਾਹਮਣੇ ਰੱਖੀ ਤਾਂ ਪੂਰੇ ਪਿੰਡ ਦੇ ਵਿੱਚ ਜ਼ਹਿਰ ਉੱਠਿਆ ਅਤੇ ਸ਼ਾਇਦ ਉਸ ਔਰਤ ਨੇ ਉਸ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਅਤੇ ਅਰਦਾਸ ਦੇ ਕਾਰਨ ਹੀ ਉਸਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ। ਹੁਣ ਕਮੈਂਟਾਂ ਵਿੱਚ ਤੁਸੀਂ ਇਹ ਜ਼ਰੂਰ ਦੱਸਣਾ ਕਿ ਜਗਮੇਲ ਸਿੰਘ ਵਰਗੇ ਗੁਰੂ ਘਰ ਦੇ ਸੇਵਕ ਹੋ ਸਕਦੇ ਹਨ। ਇਸ ਕਹਾਣੀ ਦੀ ਪੁਸ਼ਟੀ ਨਹੀਂ ਸਾਡਾ ਚੈਨਲ ਕਰ ਸਕਦਾ, ਕਿਉਂਕਿ ਇਹ ਕਹਾਣੀ ਸੋਸ਼ਲ ਮੀਡੀਆ ਤੋਂ ਮਿਲੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।